ਹਿਮਾਚਲ ਪ੍ਰਦੇਸ਼ ਦੀ ਗੱਲ ਕਰ ਲੈਂਦੇ ਹਾਂ, ਜਿੱਥੋਂ ਦੀ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ। ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਮੌਜੂਦ ਨੇ ਵਿਕਰਮ ਆਦਿੱਤਿਆ ਸਿੰਘ। ਦੇਰ ਰਾਤ 6 ਵਿਧਾਇਕਾਂ ਨੂੰ ਮਿਲਣ ਪਹੁੰਚੇ ਸੀ ਵਿਕਰਮ ਆਦਿੱਤਿਆ। 6 ਬਾਕੀ ਵਿਧਾਇਕ ਤੇ 3 ਆਜ਼ਾਦ ਵਿਧਾਇਕ ਵੀ ਹੋਟਲ ਦੇ ਵਿੱਚ ਮੌਜੂਦ ਨੇ। ਉਹਨਾਂ ਨੂੰ ਮਿਲਣ ਪਹੁੰਚੇ ਸੀ ਰਾਤ ਵਿਕਰਮ ਆਦਿੱਤਿਆ, ਹਾਲਾਂਕਿ ਇਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ। ਬਾਅਦ ਵਿੱਚ ਕਹਿ ਦਿੱਤਾ ਗਿਆ ਸੀ ਕਿ ਮੈਂ ਆਪਣਾ ਅਸਤੀਫਾ ਦੇਣਾ ਨਹੀਂ ਦੇ ਰਿਹਾ। 6 ਬਾਗੀ ਵਿਧਾਇਕਾਂ ਨੂੰ ਮਿਲਣ ਪਹੁੰਚੇ ਸੀ, ਜਿਨ੍ਹਾਂ ਦੇ ਨਾਲ 3 ਆਜ਼ਾਦ ਵਿਧਾਇਕ ਵੀ ਹੋਟਲ ਦੇ ਵਿੱਚ ਮੌਜੂਦ ਨੇ। ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਮੌਜੂਦ ਨੇ ਵਿਕਰਮ ਆਦਿੱਤਿਆ। ਹਾਲਾਂਕਿ ਇਹ ਵੀ ਖਬਰ ਆਈ ਸੀ ਕਿ ਸਹਿਮਤੀ ਜਿਹੜੀ ਬਣ ਗਈ, ਕੁਛ ਮੰਗਾਂ ਸੀ ਜਿਹਨਾਂ ਮੁਤਾਲਕ ਵਿਕਰਮ ਆਦਿੱਤਿਆ ਨੇ ਹਾਈਕਮਾਨ ਨੂੰ ਜਾਣੂ ਕਰਵਾਇਆ। ਉਸ ਤੋਂ ਬਾਅਦ ਗਿਲੇ ਸ਼ਿਕਵੇ ਸੁਖਵਿੰਦਰ ਸੁੱਖੂ ਦੇ ਨਾਲ ਦੂਰ ਹੋ ਗਏ ਸੀ। ਸਾਡੇ ਸਹਿਯੋਗੀ ਮਨੋਜ ਜੋਸ਼ੀ ਸਾਡੇ ਨਾਲ ਜੁੜ ਗਏ ਨੇ। ਮਨੋਜ ਜੋਸ਼ੀ ਦਾ ਰੁਕ ਕਰ ਲੈਣਾ। ਜੋਸ਼ੀ ਜੀ, ਕੀ ਕੁਛ ਅਪਡੇਟਸ ਨੇ, ਇੱਕ ਵਾਰ ਫਿਰ ਤੋਂ ਭੂਚਾਲ ਆਉਂਦਾ ਹੋਇਆ ਹਿਮਾਚਲ ਪ੍ਰਦੇਸ਼ ਦੀ ਸਿਆਸਤ ਵਿੱਚ ਨਜ਼ਰ ਆ ਰਿਹਾ? ਬਿਲਕੁਲ ਜਸਮੀਤ, ਦੇਖੋ ਜੋ ਸਾਬਕਾ ਮੁੱਖ ਮੰਤਰੀ ਸੀਗੇ ਸਵਰਗੀਆ ਵੀਰਭਦਰ ਸਿੰਘ, ਉਹਨਾਂ ਦੇ ਬੇਟੇ ਨੇ ਵਿਕਰਮ ਆਦਿੱਤਿਆ, ਜਿਹੜੇ ਕਿ ਨਾਰਾਜ਼ ਚੱਲ ਰਹੇ ਸੀਗੇ। ਕੱਲ੍ਹ ਉਹਨਾਂ ਨੂੰ ਮਨਾਉਣ ਵਾਸਤੇ 3 ਉਬਜ਼ਰਵਰ ਜਿਹੜੇ ਨੇ ਉਹ ਲੱਗੇ ਰਹੇ ਨੇ, ਤੇ ਕੁਛ ਹੱਦ ਤੱਕ ਉਹ ਸਫਲਤਾ ਵੀ ਹੋਈ ਤੇ ਉਹਨਾਂ ਨੇ ਕਿਹਾ। ਉਸ ਤੋਂ ਬਾਅਦ ਸੀ ਮੇਰੇ ਜਿਹੜੇ ਸੁੱਖੂ ਜੀ ਮੇਰੇ ਵੱਡੇ ਭਰਾ ਨੇ, ਪਰ ਇਸ ਦੇ ਵਿੱਚ ਹੀ ਰਾਤ ਤਕਰੀਬਨ 11 ਵਜੇ ਜਿਹੜੇ ਸੀਗੇ ਵਿਕਰਮ ਆਦਿੱਤਿਆ ਚੰਡੀਗੜ੍ਹ ਵਿੱਚ ਉਹਨਾਂ 6 ਵਿਧਾਇਕਾਂ ਕੋਲ ਆਏ, ਜਿਹੜੇ ਕਿ ਵਿਧਾਨ ਸਭਾ ਦੇ ਸਪੀਕਰ ਵੱਲੋਂ ਪਠਾਣੀਆ ਸਾਹਿਬ ਵੱਲੋਂ ਜਿਹਨਾਂ ਨੂੰ ਜਿਹੜੀ ਸੀਗੀ ਸਦੱਸਤਾ ਉਹਦੀ ਖਤਮ ਕਰ ਦਿੱਤੀ ਗਈ ਸੀ ਉਹਨਾਂ ਨੂੰ ਮਿਲਣ ਵਾਸਤੇ। ਉੱਥੇ 3 ਵਿਧਾਇਕ ਜਿਹੜੇ ਆਜ਼ਾਦ ਹੈ ਉਹ ਵੀ ਉੱਥੇ ਮੌਜੂਦ ਸੀਗੇ। 11 ਘੰਟੇ ਹੋ ਗਏ ਨੇ, 11 ਸਵਾ 11 ਘੰਟੇ ਹੋ ਗਏ ਨੇ ਉਹਨਾਂ ਦੇ ਕੋਲ ਹੀ ਨੇ, ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਵਿਸਥਾਰ ਨਾਲ ਗੱਲ ਕਰ ਰਹੇ ਹਾਂ, ਉਹਦੀ ਪੂਰੀ ਗੱਲਬਾਤ ਸੁਣੀ ਜਾ ਰਹੀ ਹੈ। ਤੇ ਇਸ ਦੇ ਨਾਲ ਨਾਲ ਹੀ ਉਹ ਜਦੋਂ ਆਏ ਰਾਤ 11 ਵਜੇ ਤੇ 11:15 ਵਜੇ ਦੇ ਆਸ ਪਾਸ ਆਏ ਸੀਗੇ, ਪਰ ਉਹ ਇਕੱਲੇ ਆਏ। ਉਹਨਾਂ ਨਾਲ ਇੱਕ ਉਹਨਾਂ ਤੋਂ ਹੋਰ ਕੋਈ ਜਿਹੜਾ ਨਿੱਜੀ ਦੋਸਤ ਸੀਗਾ ਉਹ ਵੀ ਨਾਲ ਸੀਗਾ, 2 ਜਣੇ ਹੀ ਆਏ ਸੀਗੇ। ਤੇ ਜਿਹੜੇ ਸੂਤਰ ਦੱਸਦੇ ਨੇ ਤੇ ਅੰਦਰ ਖੜੀ ਜੋ ਪਤਾ ਲੱਗਿਆ ਹੈਗਾ ਕਿ ਉੱਥੇ ਹਜੇ ਮੌਜੂਦ ਨੇ, ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਤੇ ਥੋੜੀ ਦੇਰ ਬਾਅਦ ਹੋ ਸਕਦਾ ਉਹ ਵੀ ਵਾਪਸ ਬਾਹਰ ਜਾਣ, ਤੇ ਹੋ ਸਕਦਾ ਇਹਨੂੰ ਦੇਖਿਆ ਜਾਵੇ ਕਿ ਠੀਕ ਹੈ। ਬਹੁਤ ਬਹੁਤ ਸ਼ੁਕਰੀਆ ਜੋਸ਼ੀ ਜੀ, ਤੁਸੀਂ ਇਸ ਖਬਰ ਤੇ ਰਹਿਣਾ, ਅਸੀਂ ਅਪਡੇਟਸ ਲੈਂਦੇ ਰਹਾਂਗੇ। ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।